ये ट्रैक्टर है जी हमारा, 2007 का मॉडल है, नहीं 2015 का मॉडल है ये। और ये तकरीबन एक साल हो गया इसको खड़े हुए, इसके इवन के ये टायर भी नीचे मिट्टी में धंस चुका होगा। तो आज हम इसको जो है ना, इसका वो कह रहे हैं कि जनरेटर और सेल्फ पहले होगा, उसके बाद इसमें नई बैटरी रखेंगे, फिर ये स्टार्ट होगा, फिर इसको करते हैं जी वॉश वगैरह करवाएंगे, सर्विस करवा के फिर इसको दिखाते हैं आपको। चलें जी नेक्स्ट आते हैं। जनरेटर ते प्लस जड़ा सेल्फ आप खुलवा लिया, तो हूँ मकैनिक को लेके जाना दुकान से, देखते गया की मसला पे है, चेक करवाने। जी 375 ट्रैक्टर है जिदा के ना सलफ खराब हो गया, उन्हें जनाब सलफ खोल दे पे ना यार, गड्डी ले के नस गया, लोड ले रहे हैं, पटाके मार रहे हैं यार, ते गड्डी खिलार दे पे अदा बिराल सलफ उन खोल देने, तो देखते ने की मसला। लो जी वीरो जनरेटर ते सलफ वगैरह हम साफ होके ते अदे बाद नो सर्विस करके ते चेक कर देने, विच कोई और मसला ते नहीं है। ਅਸੀਂ ਚੱਲਦੇ ਹਾਂ ਹੁਣ ਹਾਈਬ੍ਰਿਡ ਲੈਬ ਦੇ ਵਿੱਚ, ਅਤੇ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਇਹਦੀ ਸਰਵਿਸ ਅਤੇ ਇਹਦੇ ਸਾਰੇ ਮਾਮਲੇ ਬਾਕੀ ਦੇ ਹੋਏ, ਇਹਦੇ ਵੀ ਇਹਦੇ ਬੋਰਡ ਖੁੱਲ ਗਏ ਆ, ਅਤੇ ਹੁਣ ਜਿਹੜਾ ਇਹਨੂੰ ਓਪਨ ਕਰਨ ਦੇ ਲਈ ਸਲਫ ਤਾਂ ਖੁੱਲ ਗਿਆ, ਆਰਮੇਚਰ ਬਾਹਰ ਆ ਗਿਆ, जनरेटर भी खोल गया, बोल नहीं भी खुल रहा है जिन्हों के आरी के नाल फिर उन्होंने कट दिता, खोलने उन्होंने कट ही दिता है जनरेटर, दस्ती खोली जा रही है, कुछ छोटा जहा मुंडा है दस्ती खोली जा रहा है, साडा जनरेटर भी बाहर आ गया। बैरिंग ठीक नहीं है, बाकी अंदरों चेक करते हैं कोई मसला, स्पीड वगैरह सिस्टम कर रहे हैं। 75 का भी जड़ा ना अपना सलफ खुलवा लिया, भी चेक कर रहे हैं मसला, बाकी जड़ा 240 का है सलफ उसकी सर्विस ही मांगता है, ਅਤੇ ਜਨਰੇਟਰ ਜਿਹੜਾ ਉਹਦੇ ਬੈਰਿੰਗ ਪੈਣੇ ਆ, ਅਤੇ ਨਾਲ ਕਾਰਬਨ ਵਗੈਰਾ ਪੈ ਕੇ ਸਰਵਿਸ ਉਹ ਵੀ ਹੋ ਜਾਏਗਾ, ਇਹ ਠੀਕ ਹੈ ਕਿ ਨਹੀਂ, ਬਾਕੀ ਇਹ ਤਾਂ ਹੁਣ ਦੇਖਦੇ 375 ਦਾ ਕੀ ਮਸਲਾ ਹੈਗਾ, ਇਹਦੀ ਕਿੰਨੀ ਲੈਦਾ ਹੁੰਦੀ ਆ, ਇਹਦਾ ਜਿਹੜਾ ਇਸ ਬਾਡੀ ਦੇ ਵਿੱਚ ਆਰਮੇਚਰ ਹੁੰਦਾ, ਉਹਦੀ ਇਹਦਾ ਆਰਮੇਚਰ ਬਾਹਰ ਨਿਕਲ ਆਇਆ, ਸਾਫ ਹੋ ਗਈ ਆ, ਜਨਰੇਟਰ ਵੀ ਸਾਡੇ ਨਾਲ ਸਾਫ ਹੋ ਰਿਹਾ, ਹੋ ਗਿਆ ਕਿਉਂਕਿ ਸਿਲਵਰ ਆ, ਐਸਾ ਫਿਰ ਸਾਫ ਹੋ ਜਾਂਦਾ ਵਾ, ਜਿਹੜਾ
ਆਹੋ ਕੜਾ ਮਾੜਾ ਜਿਹਾ ਉਹਦਾ ਚੁੱਕ ਲਾ ਟਾਂਕੇ ਨਾ ਥੱਲੇ ਹੋ ਖਰਾਬ ਹੋ ਬੰਦਾ ਬੈਠਾ ਹੋਏ ਤੇ ਚਾਹ ਨਾ ਹੋਏ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਚਲੋ ਜੀ ਚਾਹ ਦਾ ਮਜ਼ਾ ਲਈਏ ਹੁਣ ਜੀ ਸਰਵਿਸ ਹੋ ਰਹੀ ਆ ਸਲਫ ਵਗੈਰਾ ਅਤੇ ਬਾਕੀ ਦਾ ਸਮਾਨ ਅੱਛੀ ਤਰ੍ਹਾਂ ਵਾਸ਼ ਕਰ ਲਿਆ ਅੰਦਰ ਇਹਦੇ ਚੈੱਕ ਕਰ ਲਿਆ ਕੋਈ ਖਰਾਬੀ ਤਾਂ ਨਹੀਂ ਆ ਮੇਰਾ ਹਾਲ ਕੋਈ ਸੜੀ ਵੀ ਨਹੀਂ ਸੀ ਹੋਈ ਸ਼ਾਇਦ ਅਤੇ ਹੁਣ ਸਰਵਿਸ ਕਰਦੇ ਪਏ ਨਾ ਦੋ ਸੌ ਚਾਲੀ ਦਾ ਸਲਫ ਫਿੱਟ ਹੋ ਰਿਹਾ ਸਰਵਿਸ ਹੋਣ ਤੋਂ ਬਾਅਦ ਵਾਪਸ ਇਨਵਰਟਰ ਫਿਟਿੰਗ ਚੱਲ ਰਹੀ ਯਾਰ ਗੋਡੀ ਦਾ ਹੱਟ ਦੇ ਜਿਹੜਾ ਮੰਗ ਤਿੰਨ ਸੌ ਪਚੱਤਰ ਦਾ ਸਰਵ ਜਿਹੜਾ ਫਿੱਟ ਹੋ ਰਿਹਾ ਤੇ ਇਹ 240 ਦਾ ਸਰਵ ਫਿੱਟ ਹੋ ਰਿਹਾ ਸਿਰਫ ਪਾਵਰ ਦਿੰਦੀ ਹੈ ਕੰਮ ਚੈੱਕ ਕਰ ਲਾ ਤੂੰ ਆਪਣੇ ਗੱਲ ਕਸਲਾ ਅਜੇ ਤੱਕ ਸਾਡੇ
ਆਪਾਂ ਕਮਾਂਡਰ ਦੇ ਦੋ ਅਗਲੇ ਟਾਇਰ ਲਏ ਆਪਣੇ ਟਰੈਕਟਰ 240 ਮੈਸੀ ਵਾਸਤੇ। ਇਹ 10 ਪਲਾਈ ਦੇ ਟਾਇਰ ਹੈ ਟਰੈਕਟਰ ਦੇ ਅਗਲੇ, 6-16 ਇਹਨਾਂ ਦਾ ਸਾਈਜ਼ ਹੁੰਦਾ ਵਾ। ਅਤੇ ਚਲੋ ਹੁਣ ਇਹਨਾਂ ਨੂੰ ਭੇਜਦੇ ਹਾਂ, ਜਾ ਕੇ ਟਰੈਕਟਰ ਨੂੰ ਪਵਾਉਂਦੇ ਨੇ, ਫਿਰ ਉਸ ਤੋਂ ਬਾਅਦ ਅਸਾਂ ਫਿਰ ਵੀਡੀਓ ਬਣਾਉਂਦੇ ਹਾਂ। ਇਹਦਾ ਸਲਫ ਵੀ ਫਿੱਟ ਕਰਵਾ ਲਿਆ ਅਤੇ ਨਾਲ ਇਹ ਜਨਰੇਟਰ ਵੀ ਫਿੱਟ ਕਰਵਾ ਲਿਆ, ਮਾਸ਼ਾਅੱਲਾ ਸਟਾਰਟ ਹੋ ਗਿਆ। ਅਤੇ ਇਹਦੇ ਅਗਲੇ ਦੋਨੋਂ ਟਾਇਰ ਜਿਹੜੇ ਨੇ ਇਹ ਖਰਾਬ ਹੋਏ ਸੀ, ਇੱਕ ਠੀਕ ਸੀ, ਬਹਿਰਾਲ ਅਸੀਂ ਦੋਨੋਂ ਹੀ ਜਿਹੜਾ ਨਾ ਨਵੇਂ ਲਏ ਹਾਂ ਕਮਾਂਡਰ ਦੇ। ਬਸ ਹੁਣ ਇਹਨੂੰ ਜਿਹੜਾ ਨਾ ਕਢਵਾਉਂਦੇ ਹਾਂ ਇੱਧਰੋਂ, ਅਤੇ ਟਾਇਰ ਪਵਾਉਂਦੇ ਹਾਂ, ਇਹਨੂੰ ਸਰਵਿਸ ਵਗੈਰਾ ਕਰਵਾਉਂਦੇ ਹਾਂ, ਅਤੇ ਫਿਰ ਤੱਕ ਨਾਲ ਦਿੰਦੇ ਹਾਂ ਦੁਬਾਰਾ ਟਾਇਰ ਇਹਦੇ ਬਦਾਨ ਫੜ ਲਾ ਚੱਲ ਲੈ ਝਾੜ ਚੜਾ ਲੈ ਉੱਥੇ ਚੜਾ ਲਾ ਪੁੱਤਰ ਪਹਿਲਾਂ ਇੱਧਰ ਆ ਗਏ ਹਾਂ ਸਰਵਿਸ ਕਰਾਉਣ ਵਾਸਤੇ ਆ ਗਏ ਹਾਂ ਇਹਨੂੰ। ਵਾਲੇਕੁਮ ਸਲਾਮ ਭਾਈ, ਕੀ ਹਾਲ ਹੈ? ਕੀ ਹਾਲ ਹੈ ਜੀ? ਅੱਲਾ ਅਲਹਮਦੁਲਿਲਾ ਨਹੀਂ ਨਹੀਂ ਪੁਰਾਣੇ ਵਾਲੇ ਹੀ ਹੈਗਾ, 1.5 ਸਾਲ ਬਾਅਦ ਛੱਡਿਆ ਇਹਨੂੰ, ਉਹੀ ਸਰਵਿਸ ਆ ਕੇ ਹੁੰਦੇ ਆ ਕੀ ਬਣਦਾ। ਲਓ ਜੀ, ਟਰੈਕਟਰ ਨੂੰ ਦੋਨੋਂ ਅਗਲੇ ਟਾਇਰ ਨਵੇਂ ਪਵਾਤੇ ਹੈ, ਜਨਰੇਟਰ ਕਰਾਤਾ ਹੈ, ਸਲਫ ਕਰਾ ਦਿੱਤਾ ਹੈ, ਫਰੰਟ ਇਹਦੀ ਜਾਲੀ ਪਵਾ ਕੇ ਲਾਈਟਾਂ ਵੀ ਲਗਵਾ ਦਿੱਤੀਆਂ, ਸਰਵਿਸ ਕਰਵਾ ਦਿੱਤਾ ਹੈ, ਅਤੇ ਮਾਸ਼ਾਅੱਲਾ ਬਿਹਤਰ ਹੋ ਗਿਆ ਟਰੈਕਟਰ। ਬਾਕੀ ਇਹਦੇ ਛੱਤ ਕਰਵਾਉਣੀ ਹੈ, ਸੀਟ ਕਰਵਾਉਣੀ ਆ, ਅਤੇ ਛੋਟੇ ਛੋਟੇ ਹੋਰ ਜਿਹੜੇ 2-3 ਕੰਮ ਹੈਗੇ ਨੇ ਉਹ ਕਰਵਾ ਲਵਾਂਗੇ। ਬਾਕੀ ਤੁਹਾਡੇ ਸਾਹਮਣੇ ਆ, ਸੋਹਣਾ ਹੋ ਗਿਆ ਟਰੈਕਟਰ। ਮਸ਼ੀਨ ਚੱਲੀ ਹੈ ਸਾਈਡ 'ਤੇ, ਜਾ ਕੇ ਥੋੜ੍ਹਾ ਜਿਹਾ ਕੰਮ ਕਰਨਾ ਹੈਗਾ, ਅਤੇ ਬਾਕੀ ਟਰੈਕਟਰ ਹੁਣ ਤੁਹਾਡੇ ਸਾਹਮਣੇ ਆ, ਮਾਸ਼ਾਅੱਲਾ ਸੋਹਣਾ ਹੋ ਗਿਆ।